ਇਹ ਜ਼ਿੰਦਗੀ ਦੇ ਪੜਾਅ ਦੇ ਵਿੱਚ ਕਿ ਕਿਸ ਤਰ੍ਹਾਂ ਜਦ ਉਮਰ 12 ਸਾਲ ਦੀ ਹੁੰਦੀ ਹੈ ਤਾਂ ਕੋਈ ਸਮਝ ਨਹੀਂ ਹੁੰਦੀ, 20 ਸਾਲ ਤੱਕ ਸਾਰੀ ਉਮਰ ਲੰਘ ਜਾਂਦੀ ਹੈ ਇਹਨਾਂ ਝੰਝਟ ਅਤੇ ਝਮੇਲਿਆਂ 'ਚ। ਕਹਿੰਦੇ ਜਦ 30 ਸਾਲ ਦੀ ਉਮਰ ਚੜ੍ਹਦੀ ਹੈ ਤਾਂ 30 ਤੋਂ ਲੈ ਕੇ 60 ਸਾਲਾਂ ਦੀ ਉਮਰ ਕਹਿੰਦੇ ਸਭ ਤੋਂ ਤੇਜ਼ੀ ਵਾਲੀ ਉਮਰ ਹੈ ਇਹ। ਕਹਿੰਦੇ ਇਹਨੂੰ ਬਤੀਤ ਹੁੰਦਿਆਂ ਕਬੀਰ ਸਾਹਿਬ ਕਹਿੰਦੇ ਐਂ ਫਿਰਕੀ ਘੁੰਮਦੀ ਹੈ ਬਸ, ਕਹਿੰਦੇ 30 ਤੋਂ ਕਦ 60 ਹੋ ਜਾਂਦਾ ਇਹ ਨਹੀਂ ਪਤਾ ਲੱਗਦਾ, ਫਿਰ ਵੀ 12 ਤੋਂ ਲੈ ਕੇ 30 ਤੱਕ ਦੇ ਕੁਛ ਖਿਆਲ ਕੁਛ ਲਮਹੇ ਚੇਤੇ ਰਹਿੰਦੇ ਨੇ। ਪਰ ਕਹਿੰਦੇ ਆਹ ਜਿਹੜੀ 30 ਤੋਂ 60 ਦੀ ਫਿਰਕੀ ਘੁੰਮਦੀ ਹੈ ਕਹਿੰਦੇ ਬੜੀ ਤੇਜ਼ ਘੁੰਮਦੀ ਹੈ, ਫਿਰ ਨਹੀਂ ਪਤਾ ਲੱਗਦਾ ਕਿ ਕਿਵੇਂ ਲੰਘ ਗਈ ਆਹ 30 ਤੋਂ ਲੈ ਕੇ 60 ਤੱਕ। ਇਹਦੇ ਬਾਬਤ ਵਿਚਾਰ ਕਰਦੇ ਨੇ ਜੀ, ਆਸਾ 12 ਬਰਸ ਬਾਲਪਨ ਬੀਤੇ, ਬਚਪਨ ਬੀਤਿਆ ਪਤਾ ਹੀ ਨਹੀਂ ਲੱਗਿਆ, 20 ਬਰਸ ਕੱਛ ਤਪਨਾ ਕੀ ਉਹ, 20 ਦੀ ਉਮਰ ਤੱਕ ਕੋਈ ਤਪ ਬੰਦਗੀ ਨਹੀਂ ਕੀਤੀ ਪਤਾ ਹੀ ਨਹੀਂ ਲੱਗਿਆ ਜੀ, 30 ਬਰਸ ਕੱਛ ਦੇਵਨਾ ਪੂਜਾ, ਦੇਵ ਭਾਵ ਕਿਸੇ ਨੂੰ ਗੁਰੂ ਵੀ ਨਹੀਂ ਬਣਾਇਆ ਅਤੇ ਨਾ ਕਿਸੇ ਦੀ ਬੰਦਗੀ ਸ਼ੁਰੂ ਕੀਤੀ, ਫਿਰ ਪਛਤਾਨਾ ਬਿਰਦ ਪਇਓ, ਬਿਰਦ ਤੋਂ ਭਾਵ ਸਿੱਧੀ 30 ਤੋਂ ਬਾਅਦ 60 ਦੀ ਛਾਲ ਮਾਰੀ ਹੈ ਜਿਹਦਾ ਜ਼ਿਕਰ ਨਹੀਂ ਕੀਤਾ। ਕਹਿੰਦੇ ਉਸ ਤੋਂ ਬਾਅਦ ਦਾ ਤਾਂ ਬਸ ਕਹਿੰਦੇ ਪਤਾ ਹੀ ਨਹੀਂ ਲੱਗਦਾ। ਕਹਿੰਦੇ ਉਸ ਤੋਂ ਬਾਅਦ ਫਿਰ ਇਹ ਵਾਲਾ ਜ਼ਿਕਰ ਪੜ੍ਹ ਲਓ, ਜਾਂ ਕੁਵਾਰੀ ਤਾਂ ਚਾਓ ਵਿਵਾਹੀ ਤਾਂ ਮਾਮਲੇ, ਆਹ ਜਿਹੜੇ ਮਾਮਲੇ ਪਏ ਕਹਿੰਦੇ ਇਸ ਉਮਰ ਦੇ ਵਿੱਚ, ਕਹਿੰਦੇ ਪਤਾ ਹੀ ਨਹੀਂ ਲੱਗਿਆ, ਫਿਰ ਬਜ਼ੁਰਗੀ ਦਾ ਹੀ ਅਹਿਸਾਸ ਹੋਇਆ, ਹੁਣ ਬਿਰਧ ਹੋਇਆ ਜੀ। ਇਹ ਸ਼ਬਦ ਖਾਸ ਕਰ ਸਾਡੀ ਉਸ ਵਾਲੀ ਸਮਝ ਸਾਡੀ ਤੋਂ, ਮਤਲਬ ਮੈਂ ਸਿਰਫ ਆਪਣਾ ਜ਼ਿਕਰ ਕਰਦਾ ਕਿ ਉਸ ਸਮਝ ਵਾਲਾ ਹੈ ਕਿ ਜਦ ਅਸੀਂ ਸੋਚਦੇ ਹਾਂ ਕਿ ਹਜੇ ਨਹੀਂ ਸਮਾਂ ਬੰਦਗੀ ਦਾ, ਹਜੇ ਤਾਂ ਜਵਾਨੀ ਹੈ, ਹਜੇ ਕੀ ਲੋੜ ਹੈ, ਹਜੇ ਕਾਹਦੇ, ਐਵੇਂ ਦੁਨੀਆ ਦੇ ਲੋਕ ਹੋਰ ਬਾਬੇ ਬੂਬੇ ਬੋਲਣਗੇ, ਇਹ ਬੋਲਣਗੇ, ਹੋਰ ਕਹਿਣ ਸ਼ੁਰੂ ਹੋ ਜਾਣਗੇ। ਪਰ ਕਬੀਰ ਸਾਹਿਬ ਕਹਿੰਦੇ ਭਾਈ ਇੰਨਾ ਕੁ ਇਸੀ ਚੀਜ਼ ਦੇ ਵਿੱਚ ਜ਼ਿੰਦਗੀ ਦਾ ਇੱਕ ਬੜਾ ਅਹਿਮ ਲਮਹਾ ਸਮਾਂ ਗਵਾ ਲਿਆ, ਕਿਉਂਕਿ ਇਹਦੇ ਵਿੱਚੋਂ ਬੜਾ ਕੁਛ ਪ੍ਰਗਟ ਹੋਣਾ ਸੀ, ਉਹ ਸਾਰਾ ਕੁਛ ਗਵਾ ਲਿਆ, ਨਾ ਗੁਣ ਪ੍ਰਗਟ ਹੋਏ, ਨਾ ਕੁਛ ਐਥੀਕਲ ਵੈਲਿਊ। ਠੀਕ ਹੈ, ਵਰਚੁਅਸ ਕੰਡੀਸ਼ਨਸ ਕਿਸੇ ਦੇ ਮਨ 'ਚ ਹੋ ਸਕਦੀਆਂ, ਪਰ ਇੱਕ ਲੈਵਲ ਤੱਕ ਪਰਮ ਅਵਸਥਾ ਇਸ ਬੰਦਗੀ ਦੇ ਵਿੱਚ ਪਈਆਂ ਨੇ। ਇਸ ਬਾਬਤ ਦੇ ਜ਼ਿਕਰ ਕਰਦੇ ਕਿ ਜਦ ਉਮਰ ਲੰਘੀ ਅਸੀਂ ਹੁਣ ਸੋਚਦੇ ਹਾਂ ਕਿ ਹੁਣ ਥੋੜ੍ਹੇ ਜਿਹੇ ਸਾਲ 5-7, 10-15 ਸਾਲ ਹੋਰ ਲੰਘ ਜਾਣ ਪੋਤੇ ਪੋਤੀਆਂ ਤੋਂ ਬਾਅਦ ਫਿਰ ਵੇਖਾਂਗਾ, ਪਰ ਹੁਣ ਕਬੀਰ ਸਾਹਿਬ ਕਹਿੰਦੇ ਫਿਰ ਕੁਛ ਨਹੀਂ। ਕਹਿੰਦੇ ਇਹਦਾ ਹਾਲ ਤਾਂ ਇਹ ਹੋਇਆ ਕਿ ਸਮੁੰਦਰ ਹੁਣ ਸੁੱਕ ਗਿਆ ਅਤੇ ਹੁਣ ਅਸੀਂ ਸੁੱਕੇ ਸਮੁੰਦਰ ਨੂੰ ਕਹਿੰਦੇ ਕਿ ਚਾਰ ਦੀਵਾਰੀ ਵੱਟ ਬਣਾ ਲਈਏ ਕਿ ਪਾਣੀ ਬਾਹਰ ਨਾ ਆਏ, ਭਾਈ ਹੁਣ ਤਾਂ ਪਾਣੀ ਰਿਹਾ ਹੀ ਨਹੀਂ ਉਮਰ ਦਾ, ਹੁਣ ਤਾਂ ਫਸਲ ਵੱਢੀ ਗਈ ਹੈ ਜੀਵਨ ਦੀ, ਹੁਣ ਤਾਂ ਅਸੀਂ ਹੱਥਾਂ ਨਾਲ ਬਸ ਉਹ ਫੈਂਸਿੰਗ ਕਰ ਲਈਏ ਕਿ ਸਾਡੀ ਫਸਲ ਨੂੰ ਕੋਈ ਤਬਾਹ ਨਾ ਕਰ ਦੇ, ਕਹਿੰਦੇ ਹੁਣ ਤਾਂ ਫਸਲ ਹੀ ਵੱਢੀ ਗਈ ਹੈ, ਹੁਣ ਵਾੜ ਦਾ ਤਾਂ ਕੀ ਫਾਇਦਾ ਵੱਟਦਾ। ਇਹਦਾ ਇਹ ਜ਼ਿਕਰ ਕੀਤਾ ਜੀ, ਸਾਇਰ ਸੋਖ ਪੁੰਜ ਬਲਿਓ, ਇਹਦਾ ਜ਼ਿਕਰ ਕੀਤਾ। ਕਹਿੰਦੇ ਸਾਰੀ ਉਮਰ ਮੇਰੀ ਕਰਦੇ ਹੋਏ ਗਵਾ ਦਿੱਤੀ ਮੈਂ ਕਰਕੇ, ਕਿ ਇਹ ਪਸਾਰਾ ਇਸ ਤਰ੍ਹਾਂ ਦਾ ਪਿਆ ਕਿ ਸਾਰਾ ਜਨਮ ਨਿਕਲ ਗਿਆ। ਸਾਇਰ ਸੋਖ, ਸਾਇਰ ਕਹਿੰਦੇ ਸਮੁੰਦਰ, ਜੀਵਨ ਦੇ ਸਵਾਸਾਂ ਦਾ ਸਮੁੰਦਰ ਸੁੱਕ ਗਿਆ, ਹੁਣ ਅੰਦਰ ਜੋ ਵਾਹਿਗੁਰੂ ਖਿਮਾ ਬਖਸ਼ਿਓ ਜੀ, ਸਾਇਰ ਸੋਖ ਭੁਜੰਗ ਬਲਿਓ, ਕਹਿੰਦੇ ਅੰਦਰ ਸਾਇਰ ਸਮੁੰਦਰ ਸੁੱਕ ਗਿਆ, ਪਾਣੀ ਸੁੱਕ ਗਿਆ, ਅਤੇ ਅੰਦਰ ਜਿਹੜੀ ਅੱਗ ਹੁਣ ਪੁੱਜਣ ਲੱਗੀ ਹੈ, ਭਾਵ ਕਿ ਅੰਦਰ ਦਾ ਤੇਜ਼ ਖਤਮ ਹੋਣ ਲੱਗਾ, ਹੁਣ ਮੌਤ ਵੱਲ ਦੀ ਤਿਆਰੀ ਹੈ ਜੀ, ਰਹਾਓ। ਸਰੋਵਰ ਸੁੱਕ ਗਿਆ ਸਵਾਸਾਂ ਦਾ, ਤਾਕਤ ਦਾ, ਅੰਦਰ ਸਭ ਕੁਝ ਖਤਮ ਹੋ ਗਿਆ ਹੁਣ ਸਰੀਰ ਦੇ, ਸੁੱਕੇ ਸਰਵਰ ਪਾਲ ਬੰਧਾਵੈ, ਕਹਿੰਦੇ ਹੁਣ ਮੈਂ ਵੱਟ ਬਣਾ ਲਾਂ ਕਿ ਪਾਣੀ ਬਾਹਰ ਨਾ ਡਿੱਗ ਜਾਏ, ਕਹਿੰਦੇ ਹੁਣ ਕੋਈ ਫਾਇਦਾ ਨਹੀਂ ਬੰਦਗੀ ਦਾ। ਕਹਿੰਦੇ ਆਹ ਸਿਰਫ ਨਿਰਾਸ਼ਤਾ ਨਹੀਂ ਹੈ,
ਅਸਲ ਦੇ ਵਿੱਚ ਸਾਨੂੰ ਸਾਡੀ ਸੱਚਾਈ ਤੋਂ ਜਾਣੂ ਕਰਾ ਰਿਹਾ। ਪਾਲ ਬੰਧਾਵਾ ਕਿ ਮੈਂ ਹੁਣ ਵੱਟ ਬਣਾ ਲਾਂ, ਪਾਣੀ ਰੁਕ ਜਾਏ। ਲੂਣਾ ਖੇਤ, ਖੇਤ ਵੱਢਿਆ ਗਿਆ ਹੁਣ ਜੀ, ਫਸਲ ਵੱਢੀ ਗਈ, ਹੱਥ ਵਾਰ ਕਰੈ ਕਿ ਹੁਣ ਮੈਂ ਹੱਥਾਂ ਨਾਲ ਵਾੜ ਕਰ ਲਾਂ। ਕਹਿੰਦੇ ਹੁਣ ਕੋਈ ਖੇਤਾਂ 'ਚ ਪੈਣ ਨਹੀਂ ਲੱਗੇਗੀ, ਆਇਓ ਚੋਰ ਤੁਰੰਤ ਹੈ ਲੈ ਗਏ। ਕਹਿੰਦੇ ਜਿਸ ਵੇਲੇ ਜੰਮ ਆਉਣਗੇ ਨਾ, ਜੰਮ ਬਿਲਕੁਲ ਚੋਰਾਂ ਦੀ ਤਰ੍ਹਾਂ ਆਉਂਦੇ, ਬਿਲਕੁਲ ਦਬੇ ਪਾ ਪੈਰ ਆਉਂਦੇ ਆ, ਜਿਸ ਤਰ੍ਹਾਂ ਬਿੱਲੀ ਆਉਂਦੀ ਹੈ ਨਾ, ਐਨ ਪੈਰਾਂ ਦਾ ਪਤਾ ਹੀ ਨਹੀਂ ਲੱਗਣ ਦਿੰਦੀ। ਕਹਿੰਦੇ ਜੰਮਾਂ ਦਾ ਵੀ ਇਹ ਹਿਸਾਬ ਹੈ, ਦਬੇ ਪੈਰ ਆਉਂਦੇ ਹੈ। ਕਹਿੰਦੇ ਮੇਰੀ ਰਾਖਤ ਮੁਗਦ ਫਿਰੈ। ਬੰਦਾ ਕਹਿੰਦਾ ਮੈਂ ਹੁਣੇ ਵੀ ਰਹਿ ਜਾਂ, ਮੈਂ ਹੁਣੇ ਵੀ ਰਹਿ ਜਾਂ, ਮੈਂ ਹੁਣੇ ਵੀ ਰਹਿ ਜਾਂ। ਕਹਿੰਦੇ ਇਹ ਤਾਂ ਸਿਰਫ ਮੁਗਦ ਫਿਰੈ, ਉਹ ਮੂਰਖ ਹੀ ਆਪਣੇ ਆਪ ਨੂੰ ਬਣਾਈ ਫਿਰਦਾ, ਪਰ ਇਹ ਜੰਮ ਤੁਰੰਤ ਲੈ ਜਾਂਦੇ ਹੈ ਜੀ। ਹੁਣ ਇਹੀ ਬਚਨ ਨੇ ਜੀ, ਰੂਦਾ ਕੰਠ ਸ਼ਬਦ ਨਹੀਂ ਉਚਰੇ। ਅਬ ਕਿਆ ਕਰੇ, ਬਿਲਕੁਲ ਨਿਰਾਸ਼ ਨਾ ਹੋਈਏ ਇਸ ਗੱਲ ਨੂੰ, ਸਗੋਂ ਇਹਨੂੰ ਬੜੇ ਉਸਾਰੂ ਤੌਰ 'ਤੇ ਲਈਏ, ਇਹਨੂੰ ਪੋਜ਼ਿਟਿਵ ਐਸਪੈਕਟ ਲਈਏ ਕਿ ਆ ਸਤਿਗੁਰੂ ਜੀ ਨੇ ਕਿੰਨੀ ਕਿਰਪਾ ਕੀਤੀ ਹੈ। ਕਿਸੇ ਵੀ ਉਮਰ ਦੇ ਪੜਾਅ 'ਚ ਅਸੀਂ ਬੈਠੇ ਹਾਂ, ਪਰ ਸ਼ੁਕਰ ਹੈ ਸਤਿਗੁਰੂ ਜੀ ਦਾ, ਸਤਿਗੁਰੂ ਜੀ ਨੇ ਇਹ ਜਪਣ ਦਾ, ਵਿਚਾਰ ਕਰਨ ਦਾ ਸੁਭਾਗ ਬਖਸ਼ਿਆ ਹੈ। ਚਰਨ ਸੀਸ ਕਰ ਕੰਪਨ ਲਾਗੇ, ਚਰਨ ਪੈਰ ਸੀਸ ਸਿਰ ਕਰ ਹੱਥ, ਇਹ ਤਿੰਨੋਂ ਕੰਬਣ ਲੱਗ ਗਏ ਜੀ। ਨੈਣੀ ਨੀਰ ਅਸਾਰ ਬਹਿ, ਨੈਣਾਂ ਵਿੱਚੋਂ ਪਾਣੀ ਕਹਿੰਦੇ ਮੱਲੋ ਮੱਲੀ ਆਪ ਮੁਹਾਰੇ ਵਿਆ ਜਾਂਦਾ। ਜਿਹਵਾ ਬਚਨ ਸ਼ੁੱਧ ਨਹੀਂ ਨਿਕਸੈ, ਹੁਣ ਜ਼ੁਬਾਨ ਤੋਂ ਬਚਨ ਵੀ ਸ਼ੁੱਧ ਨਹੀਂ ਨਿਕਲਦਾ। ਤਬ ਰੇ ਧਰਮ ਕੀ ਆਸ ਕਰੈ, ਕਹਿੰਦਾ ਹੁਣ ਮੈਂ ਧਰਮ ਦੀ ਕੰਧ ਖੜੀ ਕਰ ਲਾਂ, ਹੁਣ ਮੈਂ ਧਰਮ ਦੀ ਪੌੜੀ ਬਣਾ ਕੇ ਆਪਣੀ ਸੁਰਤ ਨੂੰ ਚੜ੍ਹਾ ਲਾਂ। ਕਬੀਰ ਸਾਹਿਬ ਕਹਿੰਦੇ ਭੁਲੇਖਾ ਹੈ ਜੀ। ਸੰਤ ਜੀ ਨੇ ਇੰਨੀਆਂ ਝਿੜਕਾਂ ਦੇਣ ਤੋਂ ਬਾਅਦ ਵੀ ਬੜਾ ਹੌਸਲਾ ਦਿੱਤਾ ਸਾਨੂੰ, ਕਹਿੰਦੇ ਕੋਈ ਨਹੀਂ, ਜੇ ਹੁਣ ਵੀ ਹੈ ਨਾ, ਜੇ ਹੁਣ ਵੀ ਪ੍ਰਭੂ ਨੇ ਕਿਰਪਾ ਕਰਤੀ ਤਾਂ ਹੁਣ ਵੀ ਇਸ ਤਰ੍ਹਾਂ ਦੀ ਸੁਭਾਗ ਵਾਲੀ ਬਿਰਤੀ ਪਈ ਹੈ, ਪ੍ਰੋਬੇਬਿਲਿਟੀ ਹੈ। ਹਰ ਜੀ ਉਹ ਕਿਰਪਾ ਕਰੈ ਲਿਵ ਲਾਵੈ, ਜੇ ਪ੍ਰਭੂ ਜੀ ਕਿਰਪਾ ਕਰੇ ਤਾਂ ਲਿਵ ਲੱਗ ਸਕਦੀ ਹੈ। ਲਾਹ ਹਰ ਹਰ ਨਾਮ ਲਿਓ, ਨਾਮ ਦਾ ਲਾਹ ਹੁਣੇ ਵੀ ਖਟਿਆ ਜਾ ਸਕਦਾ। ਗੁਰਪ੍ਰਸਾਦੀ ਹਰ ਧਨ ਪਾਇਓ, ਕਹਿੰਦੇ ਐਸਾ ਧਨ ਕਿਸੇ ਵੀ ਅਵਸਥਾ 'ਚ ਪ੍ਰਾਪਤ ਹੋ ਜਾਏਗਾ। ਅੰਤੇ ਚੱਲਦਿਆਂ ਨਾਲ ਚੱਲਿਓ, ਜਿਹੜਾ ਇੱਥੋਂ ਜਾਣ ਤੋਂ ਬਾਅਦ ਵੀ ਨਾਲ ਹੈ ਜੀ। ਅਨ ਧਨ ਕਛੂਐ ਲੈ ਨਾ ਗਇਓ, ਆਹੀ ਤਲਬ ਗੋਪਾਲ ਰਾਏ ਕੀ, ਮਾਇਆ ਮੰਦਰ ਛੋੜ ਚੱਲਿਓ। ਕਹਿਤ ਕਬੀਰ ਸੁਣੋ ਰੇ ਸੰਤੋ, ਆਮ ਨੇ ਸੰਤ ਜਨਾਂ ਨੂੰ ਇਹ ਬੇਨਤੀ ਕਰਦੇ ਨੇ। ਅਨ ਧਨ, ਅਨ ਕਹਿੰਦੇ ਦੂਜਾ, ਅਨਿਆ ਧਨ ਜਿਹੜਾ ਅਸੀਂ ਇਕੱਠਾ ਕਰਕੇ ਕਿਰਪਨ ਕਠੋਰ ਬਣਦੇ ਹਾਂ। ਅਨ ਧਨ ਕਛੂਐ ਲੈ ਨਾ ਗਏ, ਨਾਮ ਧਨ ਤੋਂ ਬਿਨਾਂ ਕੋਈ ਹੋਰ ਧਨ ਨਾਲ ਨਹੀਂ ਜਾਂਦਾ। ਆਈ ਤਲਬ, ਤਲਬ ਕਹਿੰਦੇ ਮੰਗ, ਕਹਿੰਦੇ ਜਦ ਉੱਤੋਂ ਆਵਾਜ਼ ਆ ਗਈ ਨਾ, ਸੰਬਤ ਸਾਹਿਬ ਲਿਖਿਆ ਮਿਲ ਕਰ ਪਾਓ, ਆਹ ਜਿਸ ਤਰ੍ਹਾਂ ਇਹ ਜਿਹੜਾ ਸੱਦਾ ਪੈ ਗਿਆ, ਆਈ ਤਲਬ ਗੋਪਾਲ ਰਾਏ ਕੀ, ਮਾਇਆ ਮੰਦਰ ਛੋੜ ਚੱਲਿਓ, ਸਭ ਛੱਡ ਕੇ ਜਾਣਾ ਪਏਗਾ ਜੀ।